ਕੱਚੇ ਮੁਲਾਜ਼ਮ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਮੁਲਾਜ਼ਮ ਏਕਤਾ ਜਿੰਦਾਬਾਦ, 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 ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਰਮ ਛੋੜ ਹੜਤਾਲ ਅਤੇ ਚੱਲ ਰਹੇ ਦਫ਼ਤਰੀ ਕਾਮਿਆਂ ਦੇ ਸੰਘਰਸ਼ ਨੂੰ ਉਸ ਵੇਲੇ ਬਲ ਮਿਲਿਆ ਜਦ ਸਮੂਹ ਅਧਿਆਪਕ ਜਥੇਬੰਦੀਆਂ ਉਹਨਾਂ ਦੇ ਨਾਲ ਆਣ ਖੜੀਆਂ ਹੋਈਆਂ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਤੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਅਤੇ ਨਾਲ ਹੀ ਇਹ ਐਲਾਨ ਕੀਤਾ ਕਿ ਆਉਣ ਵਾਲੀ 13 ਮਾਰਚ ਨੂੰ ਪੰਜਾਬ ਦੇ DO ਦਫ਼ਤਰਾਂ ਵਿੱਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮੇ ਬੱਚਿਆਂ ਸਮੇਤ ਮੁੱਖ ਮੰਤਰੀ ਦਫ਼ਤਰ ਦਾ ਘਿਰਾਵ ਕਰਨਗੇ ਅਤੇ ਉੱਥੇ ਬੱਚੇ ਛੱਡ ਕੇ ਆਉਣਗੇ, ਕਿਉਂਕਿ ਉਹਨਾਂ ਦੀਆਂ ਜੋ ਮੰਨੀਆਂ ਹੋਈਆਂ ਮੰਗਾਂ ਸਰਕਾਰ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਇਸ ਕਰਕੇ ਉਹਨਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਹੋਰ ਉੱਥੇ ਬੋਲਦੇ ਹੋਏ ਵੱਖ ਵੱਖ ਆਗੂਆਂ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਕੌਮ ਤੋਂ ਸ਼ੁਕਰ ਸਾਡੀ ਹੜਤਾਲ ਹੈ, ਸੈਕਟਰੀ ਸਮੇਂ ਦੇ ਸਾਥੀ ਸਾਡੇ ਘਰੇ ਕੰਮ ਕਰ ਦਿੰਦੇ ਨਾ, ਆਪਦੇ ਘਰ ਦੇ ਲੈਪਟੋਪਾਂ 'ਤੇ ਅਤੇ ਸਰਕਾਰ ਦੇ ਕੰਮ ਚੱਲਿਆ ਕਰਾਂ ਉੱਤੇ, ਨਾ ਕਿ ਸਾਡਾ ਦਿੱਕਤ ਹੋਈ ਉਹਨਾਂ ਨੂੰ, ਡਿਸਟ੍ਰਿਕਟ ਲੈਵਲ 'ਤੇ ਵੀ ਦਿੱਕਤ ਹੋਈ। ਸਾਡੇ ਬਜ਼ੁਰਗ ਜਿਹੜੇ ਸਾਡੇ ਬਲਵੰਤ ਸਿੰਘ ਖਾਲਸਾ ਜੀ ਵਰਗੇ ਉਦੋਂ ਇਹ ਵੀ ਯੰਗ ਹੋਏ ਗਏ, ਇਹਨਾਂ ਨੂੰ ਸਾਨੂੰ ਬਲ ਸਿਖਾਇਆ। ਸਾਡੇ ਸਾਥੀ ਪੁਰਾਣੇ ਸਤਪਾਲ ਜੀ ਬੈਠੇ, ਪਰਮਜੀਤ ਜੀ ਬੈਠੇ ਨੇ, ਪਰਮਜੀਤ ਛੋਰੇ ਵਾਲਾ ਜੀ ਬੈਠੇ ਨੇ, ਤੋ ਅੱਜ 23-22 ਸਾਲ ਦੀ ਸਰਵਿਸ ਦੇ ਵਿੱਚ ਉਹ ਕਿਸ ਸਟੇਟ ਤੋਂ ਚੱਲੇ ਸੀ ਉਹ ਵੀ ਤੁਰੇ ਆ ਰਹੇ ਆ। ਇੱਕ ਦਿਨ ਵੀ ਨਹੀਂ ਘਰ ਬੈਠ ਕੇ ਵੇਖਿਆ ਤਾਂ ਮੈਂ ਵੀ ਕੁਛ ਸਿੱਖ ਕੇ ਨਹੀਂ ਆਇਆ ਸੀਗਾ ਕਿ ਅੱਜ ਕਿਤੇ ਕੋਈ ਚਾਹੇ ਉਹ ਪੰਜਾਬ ਸਟੇਟ ਜਾਂ ਕੁਛ ਸਟੇਟ ਦੇ ਪ੍ਰੋਗਰਾਮਾਂ 'ਚ ਜਾਣਾ ਪੈਂਦਾ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਹੁੰਦਾ ਤਾਂ ਉਹਦੇ ਵਿੱਚ ਕਿੰਨਾ ਕਾਰਡ ਇਹ ਮੰਨ ਕੇ ਚੱਲੋ ਵੀ ਕੁਛ ਨਹੀਂ ਆਉਂਦਾ, ਕੋਈ ਲੰਬਾ ਚੌੜਾ ਬੰਬ ਨਹੀਂ ਡਿੱਗ ਪੈਂਦਾ, ਵੱਧ ਤੋਂ ਵੱਧ ਕੀ ਹੋ ਜਾਵੇ, ਬਸ ਇਹ ਸੋਚੀਦਾ ਵੀ ਵੱਧ ਤੋਂ ਵੱਧ ਕੀ ਹੋ ਜਾਏਗਾ, ਕਿ ਸਾਨੂੰ ਜੇ ਸੰਘਰਸ਼ਾਂ ਦੇ ਵਿੱਚ ਕਦੇ ਵੀ ਵੱਧ ਤੋਂ ਵੱਧ ਕੁਛ ਨਹੀਂ ਹੁੰਦਾ। ਪੰਜਾਬ ਸਰਕਾਰ न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।